ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਨਵੇਂ ਜ਼ਮੀਨ ਦਾ ਟੁਕੜਾ ਲੈ ਕੇ ਆਏ ਹਾਂ, ਜਿਹੜਾ 43 ਕਿੱਲਿਆਂ ਦਾ ਟੁਕੜਾ ਜਿਹੜਾ ਵਿਕਾਊ ਹੈਗਾ, ਹਰਿਆਣੇ ਦਾ ਰਕਬਾ 700 ਤੋਂ ਵੀ 18 ਕਿਲੋਮੀਟਰ ਹੈ ਅਤੇ ਸਰਦੂਲਗੜ੍ਹ ਤੋਂ ਵੀ 18 ਕਿਲੋਮੀਟਰ ਹੈ ਅਤੇ ਅਨਾਜ ਮੰਡੀ ਤੋਂ 3-4 ਕਿਲੋਮੀਟਰ ਜਿਹੜਾ ਦੂਰ ਇਹ ਟੁਕੜਾ ਹੈਗਾ ਅਤੇ ਨਾਲੀ ਤੋਂ ਪੈਪ ਲਾਈਨ ਹੈ ਜਿਹੜੀ ਘੱਗਰ ਨਦੀ ਤੋਂ, ਅਸੀਂ ਨਾਲੀ ਕਹਿ ਦਿੰਦੇ ਹਾਂ, ਘੱਗਰ ਨਦੀ ਤੋਂ ਪੈਪ ਲਾਈਨ ਹੈ ਜਿਹੜੀ ਪਾ ਕੇ ਆਈ ਹੋਈ ਹੈ ਅਤੇ 43 ਕਿੱਲਿਆਂ ਦੇ ਵਿੱਚ ਅੱਧੀ ਮੋਟਰ ਹੈ। ਜੇ 124 ਕਿੱਲੇ ਲੈਣੇ ਚਾਹੋ ਤਾਂ 24 ਕਿੱਲੇ ਵੀ ਲੈ ਸਕਦੇ ਹੋ। ਉਸ ਦੇ ਵਿੱਚ ਹੈ ਜਿਹੜੀ ਘੱਗਰ ਨਦੀ ਤੋਂ ਜਿਹੜੀ ਚੌਥਾ ਹਿੱਸਾ ਮੋਟਰ ਮਿਲੂਗੀ ਅਤੇ 4 ਮੋਟਰਾਂ 43 ਕਿੱਲਿਆਂ ਦੇ ਵਿੱਚ ਹੈ। ਜੇ 24 ਕਿੱਲੇ ਲੈਣੇ ਤਾਂ 2 ਮੋਟਰਾਂ ਜ਼ਮੀਨ ਦੇ ਵਿੱਚ ਹੈ ਜਿਹੜੀਆਂ ਤੁਹਾਨੂੰ ਮਿਲਣਗੀਆਂ। ਜ਼ਮੀਨ ਦਾ ਪਾਣੀ ਚੰਗਾ ਹੈਗਾ ਅਤੇ ਡਾਕਰ ਜ਼ਮੀਨ ਆ, ਹਰ ਪ੍ਰਕਾਰ ਦੀ ਫਸਲ ਹੈ ਜਿਹੜੀ ਇੱਥੇ ਬੀਜੀ ਜਾ ਸਕਦੀ ਹੈ। ਅਤੇ ਜੇ ਆਪਾਂ ਗੱਲ ਕਰੀਏ ਡਿਮਾਂਡ ਦੀ ਤਾਂ ਜ਼ਮੀਨ ਦਾ ਜਿਹੜਾ ਰੇਟ ਹੈ ਤਕਰੀਬਨ 37 ਲੱਖ ਰੁਪਏ ਦੀ ਜਿਹੜੀ ਇਸ ਜ਼ਮੀਨ ਦੀ ਡਿਮਾਂਡ ਹੈ ਅਤੇ ਖਰੀਦਦਾਰ ਵੀਰ ਹੈ, ਚਾਹਵਾਨ ਵੀਰ ਹੈ ਤਾਂ ਹੇਠਾਂ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੈ।